ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ, ਅਤੇ ਅਸੀਂ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣਾ ਜਿਹੜੀ ਵੈਬਸਾਈਟ ਸਾਡੀ ਚੱਲ ਰਹੀ ਨੀਟਾ ਇਟਾਲੀਅਨ ਡਰਾਈਵਿੰਗ ਲਾਇਸੈਂਸ ਤੋਂ, ਅਸੀਂ ਸਾਰੇ ਇਟਲੀ ਦੇ ਵਿੱਚ, ਸਾਰੇ ਯੂਰਪ ਦੇ ਵਿੱਚ ਜਿਹੜੀ ਸਟੱਡੀ ਕਰਾ ਰਹੇ ਹਾਂ ਲਾਇਸੈਂਸ ਬੀ ਦੀ, ਅਤੇ ਕਾਫੀ ਜ਼ਿਆਦਾ ਜਾਣੇ ਜਿਹੜੇ ਨੇ ਸਾਡੇ ਨਾਲ ਜੁੜੇ ਨੇ, ਅਤੇ ਸਾਡੇ ਵਾਲੀ ਵਾਸਤੇ ਬਹੁਤ ਹੀ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਕੱਲ੍ਹ ਸਟੂਡੈਂਟ ਸ਼ਮੀ ਵੀਰ ਪਾਕਿਸਤਾਨ ਤੋਂ ਬਿਲੋਂਗ ਕਰਦੇ ਨੇ, ਬਿਲਾਵਲ ਬਿਲਾਲ ਜੀ ਦੇ, ਇਹਨਾਂ ਨੇ ਬਿਲਾਲ ਜੀ ਦਾ ਤਾਂ ਖੈਰ ਲਾਇਸੈਂਸ ਲੈ ਵੀ ਚੁੱਕੇ ਨੇ, ਤੁਹਾਨੂੰ ਦਿਖਾਉਂਦੇ ਅਸੀਂ। ਆ ਦੇਖੋ ਬਿਲਾਲ ਦਾ ਲਾਇਸੈਂਸ, ਜਿਨ੍ਹਾਂ ਨੇ ਸਾਡੇ ਕੋਲ ਸਟੱਡੀ ਕੀਤੀ ਆ ਨੀਟ ਆ, ਵੀਰ ਦੇ ਕੋਲੋਂ ਪੜ੍ਹੇ ਨੇ ਉਹ, ਅਤੇ ਸਾਡੀ ਜਿਹੜੀ ਵੈਬਸਾਈਟ ਚੱਲ ਰਹੀ ਆ ਉਹਨਾਂ ਤੋਂ ਉਹਨਾਂ ਨੇ ਕਾਫੀ ਮਦਦ ਲਈ ਆ, ਅਤੇ ਪਲੱਸ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਆਪਸ਼ਨ ਨਾਲ ਹੋਰ ਜੋੜੀ ਆ ਕਿ ਆਪਣੀ ਨੀਟਾ ਟਰੈਵਲ ਏਜੰਸੀ ਜਿਹੜੀ ਅਸੀਂ ਖੋਲ੍ਹ ਰਹੇ ਹਾਂ। ਸਾਡਾ ਕੰਮ ਚੱਲ ਰਿਹਾ ਹੈ ਕਿਸੇ ਵੀ ਵੀਰ ਨੂੰ, ਭਰਾ ਨੂੰ ਟਿਕਟ ਦੀ ਲੋੜ ਹੋਵੇ ਤਾਂ ਸਭ ਤੋਂ ਸਸਤੀਆਂ ਟਿਕਟਾਂ ਆਪਾਂ ਆਪਣੀ ਏਜੰਸੀ ਦੇ ਥਰੂ ਉਹਨਾਂ ਨੂੰ ਦਵਾਵਾਂਗੇ। ਅਤੇ ਪਹਿਲਾਂ ਤੁਹਾਨੂੰ ਮਿਲਾਉਂਦੇ ਅਸੀਂ ਸ਼ਮੀ ਦੇ ਨਾਲ, ਦੋ ਬੋਲ ਬੋਲਣਗੇ ਕਿਵੇਂ ਦਾ ਲੱਗਾ ਉਹਨਾਂ ਨੂੰ ਨੀਟਾ ਡਰਾਈਵਿੰਗ ਲਾਇਸੈਂਸ ਤੋਂ ਕੋਚਿੰਗ ਲੈ ਕੇ। ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ ਸਾਰਿਆਂ ਭਰਾਵਾਂ ਨੂੰ। ਮੈਂ 2 ਦਿਨ ਹੋ ਜੀ ਲਾਇਸੈਂਸ ਪਾਸ ਕੀਤਾ, ਮੈਂ ਨੀਟਾ ਸਰ ਕੋਲ ਪੜ੍ਹਿਆ, ਰਾਣਾ ਵੀਰ ਕੋਲ ਪੜ੍ਹਿਆ, ਠੀਕ ਹੈ, ਨਵੇਂ ਭਾਈ ਕੋਲ ਪੜ੍ਹਿਆ, ਤਿੰਨਾਂ ਕੋਲ, ਬਹੁਤ ਮੈਨੂੰ ਮਜ਼ਾ ਆਇਆ ਸਾਰੇ। ਮੈਂ ਨਾ ਇਸ ਚੀਜ਼ ਤੋਂ ਫਾਇਦਾ ਚੁੱਕੋ ਕਿ ਤੁਸੀਂ ਪੜ੍ਹੋ, ਕੋਈ ਵੀ ਚੀਜ਼ ਹੈ ਤੁਸੀਂ ਉਹਨੂੰ ਸ਼ੁਰੂ ਕਰੋਗੇ, ਮੈਂ ਤੁਹਾਨੂੰ ਇਸ ਚੀਜ਼ ਦੀ ਉਮੀਦ ਦਿਲਾਉਂਦਾ ਹਾਂ ਕਿ ਤੁਸੀਂ ਉਸ ਚੀਜ਼ ਨੂੰ ਜ਼ਰੂਰ ਹਾਸਲ ਕਰੋਗੇ। ਕੋਈ ਵੀ ਤੁਸੀਂ ਚੀਜ਼ ਕਰਦੇ ਹੋ ਜ਼ਿੰਦਗੀ 'ਚ, ਉਹਨੂੰ ਇੰਜੋਏ ਕਰਕੇ ਜਿਹੜਾ ਨਾ ਕਰੋ, ਤਾਂ ਤੁਸੀਂ ਜਿਹੜਾ ਨਾ ਉਹ ਚੀਜ਼ ਹਾਸਲ ਕਰੋਗੇ। ਜੇ ਤੁਸੀਂ ਕਿਸੇ ਚੀਜ਼ ਨੂੰ ਆਪਣੇ ਆਪ 'ਤੇ ਬੋਰ ਬਣਾਓਗੇ, ਉਹ ਚੀਜ਼ ਤੁਹਾਡੇ ਵਾਸਤੇ ਮੁਸ਼ਕਲ ਹੋਵੇਗੀ। ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਲਾਈਫ ਦੇ ਸਮੇਂ? ਮੈਂ ਲਾਇਸੈਂਸ ਕੀਤਾ, ਮੈਨੂੰ ਬਹੁਤ ਖੁਸ਼ੀ ਆ। ਮੈਂ ਇੰਨਾ ਬਿਮਾਰ ਸੀ ਜਿਸ ਦਿਨ ਮੈਂ ਕੀਤਾ, ਮੇਰੇ ਨਾਲ ਨੀਟਾ ਵੀ ਗਿਆ ਸੀ, ਉਹ ਜਾਣਦਾ ਇਸ ਚੀਜ਼ ਨੂੰ। ਜਿਸ ਟਾਈਮ ਮੈਂ ਨਿਕਲਿਆ ਆਇਆ, ਉਹਨੇ ਵੇਖਿਆ ਮੈਂ ਪਾਸ ਹੋ ਗਿਆ ਹਾਂ, ਮੈਂ ਬਿਲਕੁਲ ਰਿਲੈਕਸ ਸੀ, ਠੀਕ ਹੈ। ਇੰਨਾ ਬੋਝ ਸੀ ਜਿਸ ਟਾਈਮ ਲਾਇਸੈਂਸ ਕਰ ਲਿਆ, ਬਿਲਕੁਲ ਈਜ਼ੀ ਸੀ, ਰਿਲੈਕਸ। ਤੁਸੀਂ ਸੁਣਿਆ ਇੰਨਾ ਕਿਉਂਕਿ ਇਹ ਠੀਕ ਨਹੀਂ ਸੀਗੀ, ਅਤੇ ਫਿਰ ਵੀ ਇਹਨਾਂ ਨੇ ਅੱਜ ਪਾਸ ਨੇ, ਅਤੇ ਤੁਹਾਡੇ ਨਾਲ ਇਹਨਾਂ ਦੀ ਅਜੀਬ ਮੁਲਾਕਾਤ ਕਰਵਾਈ ਆ। ਉਸ ਤੋਂ ਬਾਅਦ ਅਸੀਂ ਬਿਲਾਲ ਵੀਰ ਦੇ ਨਾਲ ਤੁਹਾਨੂੰ 2 ਸ਼ਬਦ ਬੋਲਣਗੇ, ਕਹਿਣਗੇ ਜਿਨ੍ਹਾਂ ਨੇ, ਜਿਹੜੇ ਕਿ ਲਾਇਸੈਂਸ ਲੈ ਚੁੱਕੇ ਨੇ ਇਸ ਵੇਲੇ, ਅਤੇ ਉਹਨਾਂ ਦੇ ਨਾਲ। ਪਲੀਜ਼ ਬਿਲਾਲ ਵੀਰ। ਅਸਲਾਮ ਵਾਲੇਕਮ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਨੂੰ ਹਫ਼ਤਾ ਹੋਇਆ ਲਾਇਸੈਂਸ ਲਿਆ, ਅਤੇ ਬਹੁਤ ਹੈਲਪ ਹੋਈ ਇਹਨਾਂ ਦੀ ਵੈਬਸਾਈਟ ਤੋਂ। ਮੈਂ ਇਹਨਾਂ ਦੀ ਵੈਬਸਾਈਟ ਜ਼ਿਆਦਾ ਯੂਜ਼ ਕੀਤੀ, ਅਤੇ ਬਹੁਤ ਸ਼ੁਕਰ ਅਦਾ ਕਰਨਾ ਉਹਨਾਂ ਦਾ, ਰੋਮੀ ਦਾ, ਨੀਟੇ ਭਾਈ ਦਾ, ਰਾਣੇ ਵੀਰ ਦਾ। ਅਤੇ ਮੈਂ ਅੱਜ ਬਹੁਤ ਅੱਛਾ ਫੀਲ ਕਰ ਰਿਹਾ। ਪਹਿਲੇ ਜਾਣਾ ਅਤੇ ਰੋਮਾ, ਬੱਸਾਂ ਦਾ ਵੇਟ ਕਰਨਾ, ਅੱਗੇ ਪਿੱਛੇ ਜਾਣਾ, ਬੱਸਾਂ ਦੇ ਖਲੋਣਾ, ਲਾਇਸੈਂਸ ਅੱਜ ਲਿਆ, ਸਭ ਕੁਝ ਨਾ ਬਹੁਤ ਅੱਛਾ ਫੀਲ ਕਰ ਰਿਹਾ। ਲਾਇਸੈਂਸ ਮੇਰੇ ਕੋਲ ਜਿੱਥੇ ਦਿਲ ਮੈਂ ਜਾਂ ਗੱਡੀ ਦੇ ਲਾਇਸੈਂਸ ਸਟਾਰਟ ਕਰੋ ਅਤੇ ਗੱਡੀ ਦੇ ਜਾਓ ਆਰਾਮ ਨਾਲ। ਓਕੇ ਜੀ, ਇਹ ਜੀ ਸਾਡੇ ਬਹੁਤ ਹੀ ਹੋਣਹਾਰ ਦੋ ਸਟੂਡੈਂਟਸ, ਅਤੇ ਨੈਕਸਟ ਵੀਡੀਓ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਅੱਜ ਤੁਹਾਨੂੰ ਕੁਛ ਕਹਿਣਾ ਚਾਹੁੰਦੇ ਨੇ? ਮੈਂ ਵੀ ਚੀਜ਼ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਭਰਾ ਵੀ ਦੋਸਤ ਵੀ ਇੰਨਾ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਿ ਸਾਡੇ ਜਿਹੜੇ ਭਰਾ ਨੇ ਇੰਡੀਆ ਦੇ, ਪਾਕਿਸਤਾਨ ਦੇ, ਬੰਗਲਾਦੇਸ਼ ਦੇ, ਇਹ ਸਾਡੇ ਤੋਂ ਫਾਇਦਾ ਚੁੱਕਣ। ਤਾਂ ਸਾਨੂੰ ਚਾਹੀਦਾ ਕਿ ਆਪਣੇ ਭਰਾਵਾਂ ਤੋਂ ਇਹਨਾਂ ਨੂੰ ਕੋਈ ਲਾਲਚ ਨਹੀਂ ਹੈ ਕਿ ਅਸੀਂ ਪੈਸੇ ਕਮਾਈਏ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੈ, ਕੋਈ ਐਸਾ ਮਸਲਾ ਨਹੀਂ ਹੈ ਇਹਨਾਂ ਨਾਲ ਵੀ ਰਵੀ ਦਾ, ਕਿ ਸਾਨੂੰ ਚਾਹੀਦਾ ਇਹਨਾਂ ਤੋਂ ਫਾਇਦਾ ਚੁੱਕਣਾ। ਤਾਂ ਮੈਂ ਸਾਰੇ ਭਰਾਵਾਂ ਨੂੰ ਇਹ ਮਸ਼ਵਰਾ ਦਿਆਂਗਾ ਕਿ ਤੁਸੀਂ ਸਾਰੇ ਇਹਨਾਂ ਤੋਂ ਫਾਇਦਾ ਚੁੱਕੋ, ਇਹਨਾਂ ਦੀ ਵੈਬਸਾਈਟ ਤੋਂ। ਬਹੁਤ ਅੱਛੇ ਮੇਰੇ ਭਰਾ ਨੇ, ਤੁਹਾਡੀ ਫੁੱਲ ਹੈਲਪ ਕਰਨਗੇ, ਕੋਈ ਐਸਾ ਮਸਲਾ ਨਹੀਂ। ਤਾਂ ਲਿਆਦਾ ਤੁਸੀਂ ਕੋਸ਼ਿਸ਼ ਕਰੋ, ਇਨਸ਼ਾਅੱਲਾ ਰੱਬ ਸੋਹਣਾ ਸਾਰਿਆਂ ਦੇ ਨਾਲ ਹੈ, ਕੋਸ਼ਿਸ਼ ਕਰੋ, ਇੱਕ ਦਿਨ ਤੁਸੀਂ ਜ਼ਰੂਰ ਸਾਰੇ ਕਾਮਯਾਬ ਹੋਵੋਗੇ। ਤੁਹਾਡਾ ਬਹੁਤ ਬਹੁਤ ਥੈਂਕ ਯੂ, ਕੋਈ ਗੱਲ ਨਹੀਂ, ਹੋਣ ਵਾਲੀ ਤੁਹਾਡੀ ਜ਼ਿੰਦਗੀ ਵਾਸਤੇ। ਓਕੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਦਾਮ, ਨਮਸਤੇ, ਸਤਿ ਸ਼੍ਰੀ ਅਕਾਲ।